ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਨੀਤ ਕਿਚਨ ਵਲੌਗ। ਅੱਜ ਜਿਹੜੀ ਰੈਸਪੀ ਲੈ ਕੇ ਆਏ ਸੀ ਤੁਹਾਡੇ ਲਈ, ਉਹ ਜੀ ਰਾਜਸਥਾਨੀ ਕੜੀ। ਅਤੇ ਇਹ ਕੜੀ ਬਣਾਉਣ ਲਈ ਅਸੀਂ ਦਹੀਂ ਲੈ ਲਿਆ, ਅਤੇ ਅੱਧਾ ਕਿਲੋ ਦਹੀਂ ਆ, ਅਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਫੈਂਟ ਲਾਂਗੇ। ਅਤੇ ਇਹਦੇ ਵਿੱਚ ਅਸੀਂ ਹੁਣ ਕਰ ਦਾਂਗੇ ਬੇਸਣ ਐਡ। ਦੋ ਕੜਛੀਆਂ ਮੈਂ ਬੇਸਣ ਦੀਆਂ ਪਾ ਲਈਆਂ, ਅਤੇ ਨਾਲ ਹੀ ਅਸੀਂ ਇਹਦੇ ਵਿੱਚ ਕਰਾਂਗੇ ਇੱਕ ਚਮਚ ਹਲਦੀ, ਅੱਧਾ ਚਮਚ ਲਾਲ ਮਿਰਚ, ਨਮਕ ਸਵਾਦ ਅਨੁਸਾਰ, ਅਤੇ ਸਾਰੇ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹਦੇ 'ਚ ਜਿਹੜੀਆਂ ਗੰਢਾਂ ਨਾ ਰਹਿਣ, ਬੇਸਣ ਚੰਗੀ ਤਰ੍ਹਾਂ ਘੁਲ ਜੇ। ਲਓ ਜੀ, ਇਹ ਸਾਰਾ ਮਟੀਰੀਅਲ ਹੋ ਗਿਆ ਮਿਕਸ, ਅਤੇ ਇਹਦੇ 'ਚ ਆਪਾਂ ਹੁਣ ਜਿਹੜਾ ਆ ਇੱਕ ਲੀਟਰ ਪਾਣੀ ਪਾ ਦਾਂਗੇ। ਪਾਣੀ ਪਾ ਕੇ ਆਪਾਂ ਇਹਦਾ ਪਤਲਾ ਜਿਹਾ ਘੋਲ ਤਿਆਰ ਕਰ ਲਾਂਗੇ। ਤੁਸੀਂ ਹੁਣ ਵੀ ਪਾ ਸਕਦੇ ਜੇ, ਬਾਅਦ ਵਿੱਚ ਵੀ ਜਦੋਂ ਆਪਾਂ ਇਹਨੂੰ ਤੜਕਾ ਲਾਉਣਾ ਉਦੋਂ ਵੀ ਐਡ ਕਰ ਸਕਦੇ ਜੇ। ਚਲੋ ਇਹਨੂੰ ਆਪਾਂ ਰੱਖਦੇ ਹਾਂ ਸਾਈਡ 'ਤੇ। ਲਓ ਜੀ, ਹੁਣ ਆਪਾਂ ਲਾਵਾਂਗੇ ਇਹਨੂੰ ਤੜਕਾ। ਇਹ ਮੈਂ ਅੱਧੀ ਕੜਛੀ ਜਿਹੜੀ ਆ ਦੇਸੀ ਘਿਓ ਦੀ ਲੈ ਲਈ ਆ। ਇਹਦੇ 'ਚ ਪਾਵਾਂਗੇ ਅਸੀਂ ਥੋੜ੍ਹੀ ਜਿਹੀ ਹਿੰਗ, ਨਾਲ ਪਾਵਾਂਗੇ ਲੌਂਗ ਦੋ, 10-12 ਕਾਲੀ ਮਿਰਚ ਦੇ ਦਾਣੇ, ਨਾਲ ਅਸੀਂ ਪਾ ਦਾਂਗੇ ਕਾਲੀ ਰਾਈ 1 ਚਮਚ, ਹੁਣ ਅਸੀਂ ਕੜੀ ਪੱਤਾ ਐਡ ਕਰ ਦਾਂਗੇ ਇਹਦੇ ਵਿੱਚ 10-15। ਹੁਣ ਅਸੀਂ ਇਹਦੇ ਵਿੱਚ ਜਿਹੜਾ ਘੋਲ ਤਿਆਰ ਕੀਤਾ ਸੀ ਉਹ ਐਡ ਕਰ ਦਾਂਗੇ। ਪਾਣੀ ਹੋਰ ਪਾ ਦਾਂਗੇ। ਹੁਣ ਅਸੀਂ ਇਹਨੂੰ ਘੱਟੋ ਘੱਟ ਅੱਧਾ ਘੰਟਾ ਜਿਹੜਾ ਇਹਨੂੰ ਪਕਾਵਾਂਗੇ, ਨਾਲ ਨਾਲ ਹਿਲਾਉਂਦੇ ਜਾਵਾਂਗੇ। ਇਹਨੂੰ ਬਸ ਵਿੱਚ ਵਿੱਚ ਹਿਲਾਉਂਦੇ ਜਾਣਾ ਹੈ। ਜੇ ਤੁਹਾਨੂੰ ਲੱਗੇ ਕਿ ਇਹ ਸੰਘਣੀ ਆ ਤਾਂ ਤੁਸੀਂ ਹੁਣ ਇਸ ਟਾਈਮ 'ਤੇ ਇਹਦੇ 'ਚ ਪਾਣੀ ਜਿਹੜਾ ਹੋਰ ਐਡ ਕਰ ਸਕਦੇ ਜੀ। ਤਿਆਰ ਕਰ ਲੈਂਦੇ ਹਾਂ। ਇਹਨੂੰ ਤੁਸੀਂ ਲੱਸੀ ਤੋਂ ਵੀ ਬਣਾ ਸਕਦੇ ਜੇ, ਜ਼ਰੂਰੀ ਨਹੀਂ ਕਿ ਇਹ ਦਹੀਂ ਤੋਂ ਹੀ ਬਣਦੀ ਹੈ। ਲੱਸੀ ਵੀ ਇਹਦੀ, ਦਹੀਂ ਦੀ ਜਗ੍ਹਾ 'ਤੇ ਤੁਸੀਂ ਲੱਸੀ ਵੀ ਯੂਜ਼ ਕਰ ਸਕਦੇ ਜੇ। ਇੱਧਰ ਅਸੀਂ ਗੈਸ 'ਤੇ ਪੈਨ ਰੱਖ ਲਿਆ,
ये आप फिर 2 चम्मच जो देसी घ्यो दे ऐड करांगे। घ्यो गर्म हो गया, बाद 1 चम्मच जरा जीरा ऐड करांगे। नाल ही विच असी लाल मिर्चा पा देंगे 2, ये अपने तुसी वध भी पा सकते हो। हुण असी इहदे विच आपां 1 मिर्च देगी पाउडर, देगी मिर्च जिहड़ी हुंदी आ उह ऐड करांगे। इहदे नाल इह की कलर बड़ा वधिया हुंदा। कढ़ी बन के तैयार है। हम असी जो तड़का लाया बनाया है ये अपने उपर पा देंगे। नाल ही असी उपर जो कटिया हुआ धनिया पा देंगे। लो जी मालवर्दी राजस्थानी कढ़ी बन के तैयार आ। कमेंट करके दस्यो किवें दी लगी रेसिपी। मिलते हैं फिर तुहानू नैक्सट वीडियो च नैक्सट डे। थैंक यू जी तुहाडा सारे दा वीडियोज़ वेखण लई।